ਵਾਹਿਗੁਰੂ ਜੀ ਧੰਨ ਧੰਨ ਗੁਰੂ ਗਰੀਬ ਨਿਵਾਸ ਤੁਹਾਡੀ ਮਹਿਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਧ ਗਾਇ ਰਸਨਾ ਗੁਣ ਗੋਪਾਲ ਨਿਧ ਗਾਇ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਭੁਲਾਣ ਰਹੋ ਜੋ ਮੰਗੈ ਸੋਈ ਸੋਈ ਪਾਵੈ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੋਹੂੰ ਤੇ ਛੂਟੈ ਭਵਜਨ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਵਨਾਸ਼ੀ ਖੇਮ ਚਾਹੇ ਜੇ ਦਾਨਕ ਸਦਾ ਸਿਮਰ ਨਾਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਵਨਾਸ਼ੀ ਖੇਮ ਚਾਹੇ ਜੇ ਦਾਨਕ ਸਦਾ ਸਿਮਰ ਨਾਰਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਸਤਿਗੁਰ ਜੀ ਸਾਹਿਬ ਸਤਿਗੁਰ ਗੁਰੂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਬਚਨ ਆਪ ਜੀ ਨੇ ਗੁਰਨਾਮ ਸਰੂਪ ਕੀਤਾ। ਸਾਹਿਬ ਗ੍ਰੀਕਨ ਵਾਜ ਪਾਤਸ਼ਾਹ ਜੀ ਇਸ ਪਵਿੱਤਰ ਸ਼ਬਦ ਅੰਦਰ ਉਪਦੇਸ਼ ਕੋਸ਼ਿਸ਼ ਕਰਦੇ ਨੇ ਰਸਨਾ ਗੁਣ ਗੋਪਾਲ ਨਿਧ ਗਾਇਣ ਰਸਨਾ ਦੇ ਨਾਲ ਇਸ ਜੀਵ ਦੇ ਨਾਲ ਉਸ ਮਾਲਕ ਦੇ ਗੁਣ ਗਾਇਆ ਮਨੁੱਖ ਨੂੰ ਕੀ ਮਿਲਦਾ ਹੈ? ਆਖਿਰ ਸਿੱਖ ਨੂੰ ਗੁਣ ਗਾਉਣ ਵਾਸਤੇ ਮਾਲਕ ਦੇ ਗੁਣ ਗਾਉਣ ਵਾਸਤੇ ਕਿਉਂ ਉਪਦੇਸ਼ ਕੀਤਾ ਗਿਆ? ਕਿਉਂ ਪ੍ਰੇਰਣਾ ਕੀਤੀ ਗਈ? ਕਿਉਂ ਇਸ ਲਈ ਆਖਿਆ ਜਾਂਦਾ ਕਿ ਉਸ ਮਾਲਕ ਦੇ ਗੁਣ ਗਰੀਬ ਨਿਵਾਜ ਪਾਤਸ਼ਾਹ ਜੀ ਪ੍ਰਵਾਨ ਕਰਦੇ ਨੇ ਰਸਨਾ ਦੇ ਨਾਲ ਗੁਣ ਗਾਉਣ ਦੇ ਨਾਲ ਕੀ ਮਿਲਦਾ? ਸ਼ਾਂਤ ਸਹਿਜ ਰਹੱਸ ਮਨ ਉਪਜੇ ਸ਼ਾਂਤੀ ਮਿਲਦੀ ਹੈ, ਉਸ ਮਾਲਕ ਦਾ ਰਹੱਸ ਪ੍ਰਾਪਤ ਹੁੰਦਾ ਹੈ। ਭੇਦ ਰਸ ਤੋਂ ਭਾਵ ਹੈ ਭੇਦ ਉਸਦਾ ਖੁਸ਼ੀ ਮਿਲਦੀ ਹੈ ਤੇ ਸਗਲੇ ਦੁੱਖ ਪਲਾਇਣ ਸਾਰੇ ਦੁੱਖਾਂ ਦਾ ਨਾਸ ਹੁੰਦਾ। ਜੀ ਕੇਵਲ ਇਹੋ ਕੁਛ ਮਿਲਦਾ ਜਾਂ ਹੋਰ ਵੀ ਕੁਛ ਹੈ? ਅਗਲੀਆਂ ਪੰਕਤੀਆਂ ਸਭ ਗੁਰੂ ਪਾਤਸ਼ਾਹ ਕਹਿੰਦੇ ਫਿਰ ਨਹੀਂ ਕਹਿੰਦੇ ਸਿੱਖਾ ਜੋ ਮੰਗੈ ਸੋਈ ਸੋਈ ਪਾਵੈ, ਜੋ ਕੁਛ ਮੰਗੇਗਾ ਉਹ ਕੁਛ ਮਿਲੇਗਾ। ਸੇਵ ਹਰ ਕੇ ਚਰਨ ਰਸਾਇਣ, ਉਸ ਮਾਲਕ ਦੇ ਚਰਨ ਕਮਲਾਂ ਦਾ ਧਿਆਨ ਰੱਖੇਗਾ ਤੇ ਮਾਲਕ ਦੇ ਚਰਨ ਕਮਲ ਗੁਰੂ ਕੀ ਬਾਣੀ 'ਚ ਹੋਰ ਕਿਸੇ ਪਾਸੇ ਦਾ ਧਿਆਨ ਕਰੇਗਾ। ਗੁਰੂ ਕੀ ਬਾਣੀ ਮਾਲਕ ਦੇ ਚਰਨ ਕਮਲ ਕਹਿੰਦੇ ਸੇਵ ਹਰ ਕੇ ਚਰਨ ਰਸਾਇਣ, ਜਿਸ ਤੋਂ ਇਲਾਵਾ ਹੋਰ ਕੀ ਮਿਲੇਗਾ? ਤੇ ਸਤਿਗੁਰੂ ਪਾਤਸ਼ਾਹ ਜੀ ਅਗਲੀ ਪੰਕਤੀ ਉਚਾਰਨ ਕੀਤੀ, ਕਹਿੰਦੇ ਨੇ ਜਨਮ ਮਰਨ ਦੋਹੂੰ ਤੇ ਛੂਟੈ, ਜਨਮ ਮਰਨ ਦਾ ਵੇੜ ਕੱਢਿਆ ਜਾਏਗਾ। ਭਵਜਨ ਜਗਤ ਤਰਾਇਣ, ਇਹ ਵਿਖਮ ਭਵਜਨ ਜਿਹੜਾ ਇਹ ਕਰ ਸਕੇਗਾ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਅਗਲੀ ਪੰਕਤੀ ਅਕੀਲੇ ਉਚਾਰਨ ਕਰਦੇ ਨੇ, ਕਹਿੰਦੇ ਨੇ ਮੈਂ ਖੋਜਦਿਆਂ ਖੋਜਦਿਆਂ ਇਸ ਤੱਤ ਤੇ ਪਹੁੰਚਿਆ, ਨਤੀਜੇ ਤੇ ਪਹੁੰਚੇ। ਕਿਹੜੇ ਨਤੀਜੇ ਤੇ ਪਹੁੰਚੇ? ਉਹ ਕਹਿੰਦੇ ਖੋਜਤ ਖੋਜਤ ਤੱਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਵਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਅਵਨਾਸ਼ੀ ਖੇਮ ਜਿਹੜੀ ਨਾ ਨਾਸ ਹੋਣ ਵਾਲੀ ਖੇਮ, ਕਹਿੰਦੇ ਖੁਸ਼ੀ, ਉਹ ਖੁਸ਼ੀ ਜੇ ਤੂੰ ਚਾਹੁੰਦਾ ਹੈ ਜਿਹੜੀ ਨਾ ਨਾਸ ਹੋਣ ਵਾਲੀ ਹੋਵੇ, ਨਾ ਵਿਲਸਣ ਵਾਲੀ ਹੋਵੇ, ਨਾ ਖਤਮ ਹੋਣ ਵਾਲੀ ਹੋਵੇ, ਤਾਂ ਸਦਾ ਉਸ ਮਾਲਕ ਨੂੰ ਚੇਤੇ ਕਰ। ਤੇ ਜਦੋਂ ਚੇਤੇ ਕਰਾਂਗਾ ਉਸ ਮਾਲਕ ਨੂੰ ਫਿਰ ਕੀ ਹੋਵੇਗਾ? ਲੋਕ ਸੁਖੀਏ ਪਰ ਲੋਕ ਸੁਵੇਲੇ ਨਾਲ ਹਰ ਪ੍ਰਭਾਵ ਦੇ ਮੇਲੇ ਦੀ ਦਾਤ ਪ੍ਰਾਪਤ ਹੋਵੇਗੀ। ਪ੍ਰਸ਼ਾਦ ਵਾਲੇ ਸੇਵਾ ਦਾ ਤੁਹਾਡੇ ਤੱਕ